ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਜੀ ਦਾਨ ਦੇ ਭਗਤੀ ਲਾਇਨ ਸਿਉ ਲੈਨ ਮਿਲਾਏ। ਅੱਜ ਅਸੀਂ ਸਾਰੇ ਆਪਣੇ ਸਾਹਿਬ ਸੰਤ ਮਾਤਾ ਜੀ ਨੂੰ ਵਧਾਈਆਂ ਦੇਣ ਲਈ ਧੰਨ ਸ਼੍ਰੀ ਸਤਿਗੁਰੂ ਸੇਵਾ ਰਾਮ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵਧਾਈਆਂ ਦੇਣ ਲਈ, ਉਹਨਾਂ ਤੋਂ ਖੁਸ਼ੀਆਂ ਲੈਣ ਲਈ, ਅਸੀਸਾਂ ਲੈਣ ਲਈ ਇੱਥੇ ਹਾਜ਼ਰ ਹੋਏ ਹਾਂ ਜੀ। ਬਾਣੀ ਕਹਿੰਦੀ ਹੈ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ। ਲੈਨ ਦਾ ਸ਼ਾਬਦਿਕ ਅਰਥ ਜਿਹੜਾ ਹੈ ਅਸੀਂ ਲਾਈਨ ਗਿਣ ਸਕਦੇ ਹਾਂ ਜੀ। ਜਿਸ ਰਾਹ 'ਤੇ ਅਸੀਂ ਚੱਲ ਰਹੇ ਸਾਂ ਉਹ ਟੇੜੀ ਸੀ, ਸਿੱਧੀ ਸੀ, ਸਾਨੂੰ ਨਹੀਂ ਪਤਾ। ਜੇ ਟ੍ਰੇਨ ਕਿਤੇ ਗਲਤ ਲੈਨ 'ਤੇ ਚਲੀ ਜਾਵੇ ਤੇ ਐਕਸੀਡੈਂਟ ਹੋ ਸਕਦਾ ਹੈ। ਜਿਸ ਲਾਈਨ 'ਤੇ ਅਸੀਂ ਚੱਲ ਰਹੇ ਸਾਂ ਸਾਨੂੰ ਨਹੀਂ ਪਤਾ ਸੀ ਅਸੀਂ ਕਿੱਥੇ ਜਾਣਾ ਹੈ, ਲੇਕਿਨ ਮੇਰੇ ਸਾਹਿਬ ਸੰਤ ਮਾਤਾ ਜੀ ਦੀ ਕਿਰਪਾ, ਧੰਨ ਸ਼੍ਰੀ ਸਤਿਗੁਰੂ ਸੇਵਾ ਰਾਮ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕੇ ਉਹਨਾਂ ਨੇ ਕਿਰਪਾ ਕੀਤੀ, ਅਸਾਂ ਗਰੀਬਾਂ 'ਤੇ ਤਰਸ ਕੀਤਾ ਅਤੇ ਸਾਨੂੰ ਸਿੱਧੀ ਲਾਈਨ 'ਤੇ ਲੈ ਕੇ ਆਏ ਹਾਂ। ਅਸੀਂ ਉਹਨਾਂ ਦਾ ਬੇਅੰਤ 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 ਸ਼ੁਕਰਾਨਾ ਕਰਦੇ ਹਾਂ ਜੀ। ਵਧਾਈਆਂ ਦੇਣ ਆਏ ਹਾਂ ਆਪਣੇ ਸਾਹਿਬ ਸੰਤ ਮਾਤਾ ਜੀ ਨੂੰ, ਧੰਨ ਸ਼੍ਰੀ ਸਤਿਗੁਰੂ ਸੇਵਾ ਰਾਮ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ। ਵਧਾਈਆਂ ਦੀ ਆਰੰਭਤਾ ਧੰਨ ਮੇਰੀ ਮਾਂ ਮਾਤਾ ਪਰਮੇਸ਼ਵਰੀ ਜੀ ਤੋਂ, ਧੰਨ ਮੇਰੇ ਪਿਤਾ ਸ਼੍ਰੀ ਰਾਮ ਸ਼ਰਨ ਗੁਲਾਟੀ ਜੀ ਤੋਂ, ਧੰਨ ਸਤਿਗੁਰੂ ਭਗਵਾਨ ਦਾਸ ਜੀ ਤੋਂ, ਧੰਨ ਸ਼੍ਰੀ ਸਤਿਗੁਰੂ ਸੇਵਾ ਰਾਮ ਸਾਹਿਬ ਜੀ ਤੋਂ। ਅਤੇ ਬਾਣੀ ਸਾਨੂੰ ਕੌਮਨ ਵਧਾਈਆਂ ਦਿੰਦੀ ਹੈ ਜੀ, ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰੂ ਡਿੱਠਾ ਰਾਮ ਰਾਜੇ। ਅਸੀਂ ਸਾਰਿਆਂ ਨੂੰ ਵਧਾਈ ਹੈ ਜੀ, ਅਸੀਂ ਆਪਣੇ ਸਤਿਗੁਰਾਂ ਜੀ ਦੇ ਦਰਸ਼ਨ ਕੀਤੇ, ਸਾਹਿਬ ਸੰਤ ਮਾਤਾ ਜੀ ਦੇ ਦਰਸ਼ਨ ਕੀਤੇ। ਜਿਹੜੀ ਨਵੀਂ ਪੀੜ੍ਹੀ ਸਾਡੇ ਨਾਲ ਬੈਠੀ, ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਨੇ ਦਰਸ਼ਨ ਨਹੀਂ ਕੀਤੇ, ਉਹਨਾਂ ਨੇ ਵੀ ਸਾਹਿਬ ਜੀ ਦੇ ਬਚਨਾਂ ਦੇ ਨਾਲ, ਸਾਹਿਬ ਸੰਤ ਮਾਤਾ ਜੀ ਦੇ ਬਚਨਾਂ ਦੇ ਨਾਲ ਉਹਨਾਂ ਦੇ ਦਰਸ਼ਨ ਕੀਤੇ ਨੇ। ਅਤੇ ਆਓ ਆਪਣੇ ਸਤਿਗੁਰਾਂ ਤੋਂ, ਸਾਹਿਬ ਸੰਤ ਮਾਤਾ ਜੀ ਤੋਂ ਉਹ ਗਿਫਟ ਲੈਂਦੇ ਹਾਂ ਜਿਹੜਾ ਉਹਨਾਂ ਦੇ ਕੋਲ ਬਹੁਤ ਵਧੇਰਾ ਹੈ। ਹਰ ਹਰ ਅੱਖਰ ਦੁਇ ਇਹ ਮਾਲਾ, ਜਪਤ ਜਪਤ ਭਏ ਦੀਨ ਦਿਆਲਾ, ਕਰੋ ਬੇਨਤੀ ਸਤਿਗੁਰ ਆਪਣੀ, ਕਰ ਕਿਰਪਾ ਰਾਖੋ ਸਰਣਾਈ, ਮੋਕੋ ਦੇਹੋ ਹਰੇ ਹਰ ਜਪਣੀ। ਇਹ ਜਪਣੀ ਇੱਕ ਤਾਂ ਉਹ ਹੈ ਜਿਹੜੀ ਸਾਡੇ ਸਤਿਗੁਰੂ ਜੀ, ਸਾਡੇ ਸਾਹਿਬ ਸੰਤ ਮਾਤਾ ਜੀ ਉਨ ਦੀ ਮਾਲਾ ਸਾਨੂੰ ਦੇ ਕੇ ਗਏ ਹਨ।
ਲੇਕਿਨ ਉਹਨਾਂ ਦੇ ਕੋਲ ਇਸ ਤੋਂ ਬਹੁਤ ਵਧੇਰਾ ਬੜੀ ਬਹੁਤਾਇਤ ਵਿੱਚ ਇਹ ਜਪਣੀ ਸੀਗੀ ਸ਼ਵਾਸਾਂ ਦੀ ਮਾਲਾ ਦੇ ਨਾਲ, ਜਿਹੜਾ ਸਿਮਰਨ ਮੇਰੇ ਸਤਿਗੁਰੂ ਜੀ ਮੇਰੇ ਸਾਹਿਬ ਸੰਤ ਮਾਤਾ ਜੀ ਕਰਦੇ ਸਨ। ਅੱਜ ਅਸੀਂ ਉਹਨਾਂ ਦੇ ਚਰਣਾਂ ਵਿੱਚ ਉਹਨਾਂ ਸ਼ਵਾਸਾਂ ਦੀ ਮਾਲਾ ਨਾਲ ਸਿਮਰਾਂ ਮੈਂ ਤੇਰਾ ਨਾਮ, ਇਹ ਸਿਮਰਨ ਅਸੀਂ ਲੈ ਕੇ ਜਾਣਾ ਹੈ ਜੀ। ਸਾਧ ਸੰਗਤ ਜੀ ਅਸੀਸਾਂ ਬਖਸ਼ੋ, ਆਗਿਆ ਬਖਸ਼ੋ ਜੀ। ਕਰ ਕਿਰਪਾ ਰਾਖੋ ਸਰਣਾਈ, ਮੋਕੋ ਦੇਹੋ ਹਰੇ ਹਰ ਜਪਨੀ। ਕਰ ਕਿਰਪਾ ਰਾਖੋ ਸਰਣਾਈ, ਮੋਕੋ ਦੇਹੋ ਹਰੇ ਹਰ ਜਪਨੀ। ਕਰ ਕਿਰਪਾ ਰਾਖੋ ਸਰ ਰਾਖੋ ਸਰਣਾਈ, ਮੋਕੋ ਦੇਹੋ ਹਰੇ ਹਰ ਜਪਨੀ। ਮੋਕੋ ਦੇਹੋ ਹਰੇ ਹਰ ਜਪਨੀ, ਮੋਕੋ ਦੇਹੋ ਹਰੇ ਹਰ ਜਪਨੀ, ਮੋਕੋ ਦੇਹੋ ਹਰੇ ਹਰ ਜਪਨੀ, ਮੋਕੋ ਦੇਹੋ ਰਾਖੋ ਸਰਣਾਈ, ਮੋਕੋ ਦੇਹੋ ਹਰੇ ਹਰ ਜਪਨੀ। ਕਰ ਕਿਰਪਾ ਰਾਖੋ ਸਰਣਾਈ, ਮੋਕੋ ਦੇਹੋ ਹਰੇ ਹਰ ਜਪਨੀ। ਜਪਤ ਭਏ ਦੀਨ ਦਯਾਲਾ, ਜਪਤ 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 ਜਪਤ ਭਏ ਸਤਿਗੁਰ ਆਪਣੀ। ਕਰੋ ਬੇਨਤੀ ਸਤਿਗੁਰ ਆਪਣੀ, ਕਰੋ ਬੇਨਤੀ
ਮਾਤਾ ਹੈ ਬਸੰਤ ਮਾਤਾ ਜੀ, ਤਨ ਤਨ ਸਾਹਿਬ ਸੰਤ ਮਾਤਾ ਜੀ, ਤਨ ਤਨ ਸਾਹਿਬ ਸੰਤ ਮਾਤਾ ਜੀ, ਤਨ ਤਨ ਸਾਹਿਬ ਸੰਤ ਮਾਤਾ ਜੀ, ਕਰ ਕੇਰ ਪਾਰਾ ਖੋ ਸਰਣਾਈ, ਕਰ ਕੇਰ ਪਾਰਾ ਖੋ ਸਰਣਾਈ, ਹੋ ਹਰੇ ਹਰੇ ਜਪਨੀ।
ਹਰ ਬੋਲੇ ਨਾ ਡੋਲੇ ਸੋਜਨ ਇਤ ਉਤ ਕਤੇ 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 ਨਾ
ਸਤਿਗੁਰੂ ਸੇਵਾ ਰਾਮ ਸਾਹਿਬ ਆਪ ਜੀ ਦੀ ਸਦਾ ਹੀ ਜੈ। ਤਨ ਤਨ ਸਾਹਿਬ ਸੰਤ ਮਾਤਾ ਜੀ ਆਪ ਜੀ ਨੂੰ ਕੋਟ ਕੋਟ ਨਮਸਕਾਰ। ਬੇਅੰਤ ਪ੍ਰਕਾਰ ਦੀਆਂ ਭੁੱਲਾਂ, ਚੁੱਕਾਂ, ਗਲਤੀਆਂ, ਬੇਅਦਬੀਆਂ ਜਾਣੇ ਅਣਜਾਣੇ ਦਾਸ ਪਾਸੋਂ ਹੋਈਆਂ ਹੋਣਗੀਆਂ ਜੀ। ਅਣਜਾਣ ਬੱਚਾ ਸਮਝ ਕੇ ਮਾਫੀਆਂ ਬਖਸ਼ੋ ਜੀ। ਅੱਗੇ ਲਈ ਸੁਮਤ ਬਖਸ਼ੋ, ਆਪਣੀਆਂ ਅਸੀਸਾਂ ਬਖਸ਼ੋ ਜੀ। ਹਾਜ਼ਰੀ ਦਰ ਪ੍ਰਵਾਨ ਕਰੋ।